ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਕੰਟੈਕਟ ਨੰਬਰ ਆ 84270198017। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਟਾਈਮ ਦੀ ਚੋਈ ਕਰਕੇ ਦਿਖਾਵਾਂਗੇ, ਹੁਣ ਸ਼ਾਮ ਦੀ ਅਤੇ ਫਿਰ ਸਵੇਰੇ ਦੀ, ਦੋ ਟਾਈਮ ਦੀ। ਸੋ ਵੀਰ ਬੱਚਾ ਚਾਹੁੰਦਾ ਥੱਲੇ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਵੀਰੇ, ਚੋਈ ਸ਼ੁਰੂ ਕਰ ਦਿਓ ਪਹਿਲਾਂ। ਸੋ ਵੀਰੋ ਖਾਲੀ ਬਾਲਟੀ ਵਗੈਰਾ ਦੇਖ ਸਕਦੇ ਹੋ, ਠੀਕ ਆ, ਕਰ ਦਿਓ ਸ਼ੁਰੂ। ਹੁਣ ਆਪਾਂ ਵੀਡੀਓ ਪੌਜ਼ ਨਹੀਂ ਕਰਦੇ। ਸੋ ਪਹਿਲਾਂ ਥਣ ਹਵਾਨਾ ਦੇਖ ਲਈਏ ਚਾਰੇ ਪਾਸੇ ਆਪਾਂ, ਦੋ ਬੰਦੇ ਬਹਿ ਕੇ ਚੋਂਦੇ ਆ ਉਹਨੂੰ ਜਾਵਾਂ। ਸੋ ਸ਼ਾਮ ਦਾ ਟਾਈਮ ਆ, ਥੋੜ੍ਹਾ ਹਨੇਰਾ ਜਿਹਾ ਹੋ ਗਿਆ ਅਤੇ ਟਾਈਮ ਮੇਰੇ ਹਿਸਾਬ ਨਾਲ ਆਪਾਂ ਚੈੱਕ ਕਰ ਲਈਏ, 6:20 ਹੋ ਗਏ ਅਤੇ ਪਿੱਛੇ ਇਹਦੇ ਮੱਝ ਦੇ ਹੈਗੀ ਆ ਕਿ ਕੱਟੀ, ਉਹ ਸਾਹਮਣੇ ਵੱਧੀ ਵੀ ਆ। ਅਤੇ ਬਾਈ ਆਪਣਾ ਨਾਮ ਐਡਰੈਸ ਬੋਲ ਦੀ ਕਰਾਂ ਹੁਣ। ਅਤੇ ਮੋਬਾਈਲ ਨੰਬਰ ਭਾਈ ਆਪਣਾ 98774000049 4000049 4000049 4000049 ਅਤੇ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ? ਠੀਕ ਹੈ, 11 ਦਿਨ ਹੋ ਗਿਆ ਸੂਈ ਨੂੰ, ਪਿੱਛੇ ਕੱਟੀ ਆ। ਅਤੇ ਹੁਣ ਆਪਾਂ ਲੀਟਰ ਮੰਨ ਕੇ ਦਿਖਾਵਾਂਗੇ, ਐਸਟੀਮੇਟ ਕਿੰਨੇ ਕੁ ਭਰ ਦੂ ਹੁਣ? ਠੀਕ ਆ ਵੀ, 8:30-9 ਲੀਟਰ ਭਰ ਦੂਗੀ। ਠੀਕ ਹੈ, ਅਤੇ 9 ਦਿਨ ਹੋ ਗਏ ਸੂਈ ਨੂੰ। ਅਤੇ ਆਪਣੀ ਫਿਰ ਇੱਥੋਂ ਆਈ ਵਾ ਕਿ ਲੋਕਲ ਬਾਹਰੋਂ ਆਈ? ਬਾਹਰੋਂ। ਠੀਕ ਹੈ, ਸਵੇਰ ਬਾਹਰੋਂ ਮੈਂ ਆਈ ਹੈਗੀ ਇਹ। ਅਤੇ ਪਰ ਸੂਆ ਕਿਹੜਾ ਹੋ ਵੀਰੇ? ਇਹ ਦੂਜਾ ਸੂਆ, ਸਿੰਘ ਸਾਜ ਦੇਖ ਸਕਦੇ ਹੋ। ਅਤੇ ਪੂਰੀ ਪਤਲੀ ਚਮੜੀ, ਦੁੱਧ ਵਾਲੀ ਝੋਟੀ ਆ, ਪਿੱਛੇ ਵੀ ਕੱਟੀ ਬਹੁਤ ਪਿਆਰੀ ਆ ਦੇਖ ਸਕਦੇ ਹੋ। ਅਤੇ ਬਾਕੀ ਧਾਰਾ ਵਗੈਰਾ ਦੇਖ ਲਓ ਜਮਾਂ ਇਹਦੀਆਂ, ਥੋੜ੍ਹਾ ਕਵੇਰਾ ਜਿਹਾ ਤਾਂ ਹੋ ਗਿਆ ਆਪਾਂ ਨੂੰ। ਸੋ ਧਾਰਾ ਦੇਖੋ ਜਮਾਂ, ਚਾਰੇ ਧਾਰਾ ਮੋਟੀਆਂ ਮੋਟੀਆਂ ਅਤੇ ਚੁਆਈ ਵਗੈਰਾ ਵੀਰੇ ਫਿਰ ਪੂਰੀ ਨਰਮ ਹੈ ਜਮਾਂ। ਠੀਕ ਹੈ, ਠੀਕ ਹੈ, ਚੁਆਈ ਦੇ ਨਰਮ ਆ। ਚੌਦੇ ਮਾੜੀ ਹਿੰਮਤ ਨਾਲ ਵੀਡੀਓ ਆਪਣੀ ਲੰਬੀ ਹੋ ਜੂਗੀ, ਕਿਉਂਕਿ ਆਪਾਂ ਲੀਟਰ ਮਿਣ ਕੇ ਦਿਖਾਵਾਂਗੇ ਤੁਹਾਨੂੰ ਵੀ ਕਿੰਨੇ ਬਣਦੇ ਆ। 6:20 ਹੋ ਗਏ। ਸੋ ਵੀਡੀਓ ਮੈਂ ਆਪਣੇ ਪਿੰਡੋਂ ਕਵਰ ਕਰਦਾ ਪਿਆ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ ਆਪਣਾ ਐਡਰੈਸ ਹੈਗਾ। ਅਤੇ ਦੂਜਾ ਸੂਆ ਝੋਟੀ ਸੂਈ ਸੂਆ ਜੇ ਪਿੱਛੇ ਕੱਟੀ ਹੈਗੀ ਅਤੇ ਪੂਰੇ ਦੁੱਧ ਵਾਲੇ ਕਲੈਕਟਰ ਆ। ਅਤੇ ਹਵਾਨਾ ਦੇਖੋ ਜਮਾਂ, ਐਂਡ ਤੱਕ ਚੋਂਦੇ ਚੋਂਦੇ ਹਵਾਨਾ ਝਾੜ ਦੇਣਾ, ਬਿਲਕੁਲ ਬੈਕ ਸੂਟ ਸੂ ਤੱਕ ਹਵਾਨਾ ਲਾਈ ਫਿਰਦੀ ਆ। ਸੋ ਵੀਡੀਓ ਆਪਣੀ ਲੰਬੀ ਹੋਈ, ਤੁਹਾਨੂੰ ਆਪਾਂ ਲੀਟਰ ਮਾਰ ਕੇ ਦਿਖਾਵਾਂਗੇ। ਲੀਟਰ ਬਾਲਟੀ ਆਪਣਾ ਕੋਲੇ ਲਿਆਂਦਾ ਪਿਆ ਸਾਰਾ ਕੁਝ, ਕਿਉਂਕਿ ਮੱਝ ਨਾ ਖੋਲ ਦੋ ਮਟਾ। ਖੜ ਜਾਂ, 2 ਮਿੰਟ ਮੱਝ ਹਲੂ ਲੈ ਜਾਂਦੀ ਹੁੰਦੀ ਆ। ਅਤੇ ਵੀਰੇ ਮੁੱਲ ਆਪਾਂ ਇਹਦਾ ਕੀ ਕਰਨਾ ਗਾ? ਠੀਕ ਹੈ, ਅਤੇ ਚਵਾਈ ਦਿਖਾ ਦੋਗੇ ਦੋ ਟਾਈਮ ਦੀ ਜਮਾਂ? ਠੀਕ ਹੈ, ਠੀਕ ਹੈ, ਸਵੇਰੇ ਸ਼ਾਮ ਨੂੰ ਆਪਾਂ ਹੁਣ ਚੁਆਈ ਕਰਕੇ ਦਿਖਾ ਦੀ, ਸਵੇਰ ਦੀ ਫੇਰ ਦਿਖਾ ਦਾਂਗੇ। ਅਤੇ ਤੀਜੇ ਟਾਈਮ ਜਿਹੜੇ ਵੀਰ ਨੇ ਲੈਣੀ ਆਪਦੀ, ਚੋ ਕੇ ਫੇਰ ਤਸੱਲੀ ਕਰ ਲਏ, ਕਿਉਂਕਿ 3 ਟਾਈਮ ਦੀ ਤਸੱਲੀ ਹੋ ਜੂਗੀ। ਅਤੇ ਦੁੱਧ ਮੈਂ ਖੈਰ ਦੁੱਧ ਵਾਲੀ ਆ, ਜਿਹੜੇ ਦੁੱਧ ਵਾਲੇ ਮੱਝਾਂ ਉਹਨਾਂ ਦੀ ਚੁਆਈ ਹੁੰਦੀ ਹੈ, ਜਿਹੜੀ ਮੰਨ ਕੇ ਚਲੋ 14-15 ਲੀਟਰ ਤੋਂ ਬਾਹਰ ਵਾਲੇ ਹੁੰਦੀਆਂ ਗੀਆਂ, ਕਿਉਂਕਿ 9-10 ਲੀਟਰ ਵਾਲੇ ਤਾਂ ਆਪਾਂ ਚੋਣਦੇ ਵੀ ਨਹੀਂ, ਸੋਹਣੇ ਲੱਗਦੇ। ਅਤੇ ਫਿਰ ਉਹਨਾਂ ਦੇ ਭਾਅ ਵੀ 65-70-75 ਵਾਲੇ ਭਾਅ ਹੁੰਦੇ ਹੈਗੇ। ਅਤੇ ਮੈਂ ਪੂਰੇ ਦੁੱਧ ਪਾ, ਕਿਉਂਕਿ ਅੱਜ ਕੱਲ੍ਹ ਟਰੈਂਡ ਬਣਿਆ ਵਾ, ਹਰ ਇੱਕ ਬੰਦਾ ਮੈਂ ਰੱਖਣੀ ਚਾਹੁੰਦਾ ਵੀ ਆਪਾਂ ਚੰਗੀ ਰੱਖੀਏ, ਕਿਉਂਕਿ ਚੰਗੀਆਂ ਮੱਝਾਂ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੈਗੀ। ਅਤੇ ਚੰਗੀਆਂ ਮੱਝਾਂ ਆਪਾਂ ਨੂੰ ਵੀ ਪਤਾ ਵੀ ਚੰਗੀ ਕੀਮਤ ਦੇ ਵਿੱਚ ਫਿਰ ਆਪਾਂ ਨੂੰ ਖਰੀਦਣੀਆਂ ਪੈਂਦੀਆਂ ਗੀਆਂ। ਮੈਂ ਰੱਖ ਰਿਹਾ ਕੋਈ ਗੱਲ ਵਿੱਚ।
ਸੋ ਧਾਰਾਂ ਵਗੈਰਾ ਦੇਖੋ ਥੱਲੇ ਪੂਰੀਆਂ ਮੋਟੀਆਂ ਧਾਰਾਂ, ਚੋਣ ਚਾਣ ਬਹੁਤ ਚੰਗਾ ਲੱਗਿਆ ਵਾ। ਅਤੇ ਬਾਲਟੀ ਵੀ ਪੂਰੀ ਵੱਡੀ ਧਰੀ ਵਾ ਥੱਲੇ, ਕੋਈ ਛੋਟੀ ਬਾਲਟੀ ਨਹੀਂ ਕਿਸੇ ਪਾਸਿਓਂ। ਦੇਖੋ ਧਾਰਾਂ ਧੂਰਾਂ ਪੂਰੀਆਂ ਮੋਟੀਆਂ। ਸੋ ਮੱਝ ਜਮ੍ਹਾਂ ਇੱਕੋ ਕਲਰ ਦੇ ਵਿੱਚ ਆ, ਕਾਲੀ ਜਮ੍ਹਾਂ ਜਾਮਣ ਵਰਗੀ ਰਾਜੀ ਰੂਜੀ ਬਹੁਤ ਹੈਗੀ। ਅਤੇ ਥੱਲੋਂ ਚਾਰ ਕੁਆਲਿਟੀ ਥੱਲੋਂ ਸਿਰਫ ਇਹਦੇ ਵਾਈਟ ਹੈਗੇ, ਅਤੇ ਬਾਕੀ ਪਿੱਛੇ ਵੀ ਕੱਟੀ ਆ, ਕਿਉਂਕਿ ਆਪਾਂ ਨੂੰ ਆਪਦੇ ਘਰ ਕੱਟੀ ਪਾਲਾਂਗੇ, ਆਪਾਂ ਨੂੰ ਪਤਾ ਲੱਗ ਜਾਵੇ ਵੀ ਹਾਂ ਆਪਾਂ ਚੰਗੇ ਦੁੱਧਾਂ ਦੀ ਮਹਿਰੀ ਕੱਟੀ ਪਾਲਦੇ ਹਾਂ। ਕਈ ਵਾਰ ਆਪਾਂ ਕੱਟੀਆਂ ਖਰੀਦ ਲੈਂਦੇ ਹਾਂ, 40,000 ਦੀ ਲੱਖ ਦੀ ਕੱਟੀ ਲੈ ਲਈ ਸੋੜੀ ਦੇਖ ਕੇ ਖਰੀਦ ਲੈਂਦੇ ਹਾਂ, ਪਰ ਜਦੋਂ ਸੂੰਦੀਆਂ ਜਾ ਕੇ ਬਹੁਤ ਜ਼ਿਆਦਾ ਫਾਰਮਰ ਦਾ ਲੋਸ ਹੁੰਦਾ ਹੈਗਾ। ਅਤੇ ਆਪਾਂ ਚੰਗੀ ਸੱਜਰ ਸੂਈ ਮਹਿ ਖਰੀਦਦੇ ਹਾਂ, ਧੋ ਕੇ ਤਸੱਲੀ ਕਰਕੇ, ਨਾਲੇ ਪਿੱਛੇ ਬੱਚੇ ਦੀ ਵੀ ਤਸੱਲੀ ਹੋ ਜਾਂਦੀ ਆ ਹਾਂ ਵੀ ਆਪਾਂ ਇੰਨੀ ਚੰਗੀ ਮਹਿ ਦੀ ਕੱਟੀ ਪਾਲਦੇ ਪਏ ਹਾਂ। ਸੋ ਬੱਚਾ ਵੀ ਦੇਖੋ ਪਿੱਛੇ ਬਹੁਤ ਚੰਗਾ। ਹੁਣ ਆਪਾਂ ਕੈਮਰਾ ਬਾਲਟੀ ਦੇ ਉੱਪਰ ਹੀ ਰੱਖਾਂਗੇ, ਅਤੇ ਵੀਡੀਓ ਆਪਾਂ ਪੌਜ਼ ਕੋਈ ਕੀਤੀ ਨਹੀਂ, ਐਂਡ ਤੱਕ ਲੀਟਰ ਮਾਰ ਕੇ ਦਿਖਾਵਾਂਗੇ। ਹੁਣ ਆਪਾਂ ਬਣੇ ਉਰੇ ਐਂਡ ਤੱਕ ਜਾਵਾਂ। ਝੋਦੇ ਵੀਰੇ ਹਿੰਮਤ ਨਾਲ ਝੋਦੇ ਮਾੜੀ, ਠੀਕ ਹੈ। ਬਾਹਾਂ ਦੁਖਾਂ ਲੱਗ ਜਾਂਦੇ ਹੋਣਗੇ ਕਿ ਨਹੀਂ, ਠੀਕ ਹੈ। ਸਵੇਰ ਮੈਂ ਵੀ ਦੁੱਧ ਵਾਲੇ, ਬਾਕੀ ਫਿਰ ਟਾਈਮ ਤਾਂ ਲੱਗਦਾ ਹੀ ਆ। ਬਾਲਟੀ ਵੀਰ ਵੱਡੀ ਉਧਰ ਹੀ ਬੈਠਾ ਥੱਲੇ, ਠੀਕ ਹੈ, ਸਹੀ ਗੱਲ ਆ। ਸਵੇਰ ਮੈਂ ਚੰਗੀ ਹੈ ਦੁੱਧ ਵਾਲੀ ਘਰ, ਅਤੇ ਬਾਕੀ ਠੰਡੀ ਦੇਖੋ ਜਮ, ਕੋਈ ਹਿੱਲ ਚੱਲ ਨਹੀਂ। ਬਾਕੀ ਦੁੱਧ ਵਾਲਾ ਪਸ਼ੂ ਨੂੰ ਬਈ ਆਟੋਮੈਟਿਕ ਖੜ੍ਹਨਾ ਹੀ ਪੈਂਦਾ ਹੈਗਾ। ਫਿਰ ਵੀ ਡੇਲੀ ਦੋ ਬੰਦੇ ਬਹਿ ਕੇ ਚਾਹੁੰਦੇ ਆ। ਹਾਂ ਬਈ ਦੋ ਵਧੀਆ ਸਕਣ, ਮੈਂ ਤਾਂ ਪਤਾ ਲੱਗਦਾ ਨਹੀਂ ਮੈਂ ਚੀਜ਼ ਚੰਗੀ ਹੈ। ਹੁਣ ਦੋ ਤਾਂ ਗਾਈਆਂ ਵੀ ਨਹੀਂ ਬਿਠਾਉਂਦੀਆਂ ਦੋ ਪਾਸੇ, ਨਹੀਂ ਸਹੀ ਗੱਲ ਆ। ਬੱਚੇ ਛੱਡ ਦੀ ਮਾੜਾ ਮੋਟਾ ਛੱਡਾਂਗੇ, ਮਾੜਾ ਮੋਟਾ ਕਿਉਂ ਛੱਡ ਦੀ ਬੱਚੇ ਨੂੰ। ਸੋ ਰੋ ਦੇਖੋ ਹਰ ਰੋਕੀ ਮਾੜੀ ਬਾਲਟੀ ਇੱਥੇ ਰੱਖੀ ਵਾ, ਥਾਣ ਦਿਖਾ ਦਈਏ ਬੱਚੇ ਨੂੰ ਛੱਡਦਾ। ਲੈ ਕੋਰੇ ਕਰ ਲਓ ਬਾਲਟੀ, ਹੁਣ ਮੰਨ ਕੇ ਚਲੋ ਵੀ ਲੀਟਰ ਖੰਡ ਬੱਚੇ ਨੂੰ ਵੀ ਛੱਡਤਾ, ਠੀਕ ਹੈ। ਸੋ ਬੱਚੇ ਵੀਰ ਕਹਿੰਦੇ ਵੀ ਝੱਗ ਮਿਹਨਤੀ ਵਿੱਚ ਹੀ ਝੱਗੇ ਦਾ ਬਹਿ ਵੀ ਕੱਢਦੇ, ਝੱਗ ਫੈਂਟਦੀ ਤਾਂ ਆਪਾਂ ਝੱਗ ਘੱਟ ਹੀ ਜਾਂਦੀ ਹੈ, ਮਾੜਕ ਆਪਣਾ ਪਤਾ ਹੀ ਹੈ। ਬਾਲਟੀ ਕੋਲੇ ਕਰ ਲਾ ਵੀਰੇ ਜਮਾਂ, ਇੱਕ
ਦੋ ਤਿੰਨ ਚਾਰ ਪੰਜ ਛੇ ਚੱਕ ਦੀ ਬਾਲਟੀ ਮੰਗ ਲਓ, 6 ਲੀਟਰ ਬਾਲਟੀ 'ਚ ਪੈ ਚੁੱਕੇ ਆ। ਸੱਤ ਸੌ ਲੀਟਰ ਵੀ ਡੋਲਦੇ ਡੋਲਦੇ ਆ ਜਾਵਾਂ। ਅੱਠ ਨੌ ਲੀਟਰ ਤੇ ਲੀਟਰ ਰਹਿ ਗਿਆ ਵੀਰੇ ਬੱਚੇ ਵਾਸਤੇ, ਠੀਕ ਹੈ। ਸੋ ਵੀਰੋ 9 ਲੀਟਰ ਬਾਲਟੀ 'ਚ ਭਰਤੇ ਅਤੇ ਵੀਰੇ ਜਮਾਂ 18 ਲੀਟਰ ਤੋਂ ਬਾਹਰ ਦੁੱਧ ਜਮਾਂ ਰੈਡੀ ਹੈ ਨਾ। ਆਪਾਂ ਕਿੰਨਾ ਕਹਿ ਕੇ ਦੇਣਾ ਵੀ ਤੀਜਾ ਟਾਈਮ ਜਿਹੜਾ ਮਰਜ਼ੀ ਬੰਦਾ ਆ ਕੇ ਝੋਲੇ, ਠੀਕ ਹੈ। ਫਿਰ ਕੀਮਤ ਲੱਖੋ ਬਾਹਰ ਹੀ ਹੈ ਨਾ ਇਹਦੀ, ਠੀਕ ਹੈ। ਸੋ ਫਿਰ ਇਹ ਆਪਾਂ 24 ਲੀਟਰ 9 ਲੀਟਰ ਮਿਣ ਕੇ ਦਿਖਾ ਦੇ, ਬਾਕੀ ਬੱਚੇ ਨੂੰ ਵੱਧ ਛੱਡਿਆ ਗਾ ਡੋਕੇ ਵਗੈਰਾ ਅਤੇ ਸ਼ਾਮ ਦੀ ਚਵਾਈ ਦਿਖਾ ਦਿੱਤੀ, ਸਵੇਰੇ ਫਿਰ ਚਵਾਈ ਕਰਾਂਗੇ ਆਪਾਂ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ।